ਪਿਛਲੇ ਦਿਨੀ ਗ੍ਰੀਨ ਵੈਲੀ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਵਿਖੇ ਸਪਰਿੰਗ ਫੇਚ ਕਮ ਫੈਮਿਲੀ ਕਾਰਨੀਵਲ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸਕੂਲੀ ਬੱਚਿਆਂ ਤੋਂ ਇਲਾਵਾ ਉਹਨਾਂ ਦੇ ਪੇਰੈਂਟਸ ਹਾਜ਼ਰ ਹੋਏ ਅਤੇ ਖੂਬ ਇੰਜੋਏ ਕੀਤਾ। ਇਸ ਮੌਕੇ ਆਉਣ ਵਾਲੇ ਪੇਰੈਂਟਸ ਨੂੰ ਲੱਕੀ ਡਰਾ ਕੂਪਨ ਵੀ ਦਿੱਤੇ ਗਏ। ਇਸ ਮੌਕੇ ਤੇ ਸਕੂਲੀ ਬੱਚਿਆਂ ਵੱਲੋਂ ਅਲੱਗ ਅਲੱਗ ਆਈਟਮਸ ਰਾਹੀ ਆਪਣੀ ਕਲਾ ਦੇ ਜੌਹਰ ਪੇਸ਼ ਕੀਤੇ। Now let's start fancy dress. For that we would like to introduce our judges, Mr. Lavi Sabarwal and Mr. Harry. So put your hands together to welcome our judges. ਇਹ ਦੱਸਣਾ ਵੀ ਬਣਦਾ ਹੈ ਕਿ ਗ੍ਰੀਨ ਵੈਲੀ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਭਰ ਨੂੰ ਉਚੇਰੀ ਵਿਦਿਆ ਪ੍ਰਦਾਨ ਕਰਦਾ ਆ ਰਿਹਾ ਹੈ। ਇਸ ਸਕੂਲ ਵਿੱਚ ਉਹ ਹਰ ਸਹੂਲਤ ਮੌਜੂਦ ਹੈ ਜੋ ਕਿ ਇੱਕ ਵਿਦਿਆਰਥੀ ਨੂੰ ਉਜਵਲ ਭਵਿੱਖ ਲਈ ਜ਼ਰੂਰੀ ਹੁੰਦੀ ਹੈ, ਜਿਵੇਂ ਕਿ ਮਿਹਨਤੀ ਸਟਾਫ, ਸਾਫ਼ ਸੁਥਰੇ ਅਤੇ ਹਵਾਦਾਰ ਕਲਾਸਰੂਮਸ, ਲਾਇਬ੍ਰੇਰੀ, ਸਾਇੰਸ ਲੈਬ, ਕੰਪਿਊਟਰ ਲੈਬ, ਬੱਚਿਆਂ ਨੂੰ ਲਿਆਉਣ ਅਤੇ ਲਿਜਾਣ ਵਾਸਤੇ ਹਾਈਟੈਕ ਕੈਮਰੇ ਨਾਲ ਲੈਸ ਟਰਾਂਸਪੋਰਟ ਦੀ ਸੁਵਿਧਾ ਆਦਿ। ਇਸ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਾਡੇ ਸੱਭਿਆਚਾਰ ਨਾਲ ਜੋੜਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਦੀ ਮਿਸਾਲ ਆਪ ਸਭ ਦੇ ਸਾਹਮਣੇ ਹੈ। ਇਸ ਮੌਕੇ ਸਾਡੀ ਟੀਮ ਵੱਲੋਂ ਬੱਚਿਆਂ ਦੇ ਪੇਰੈਂਟਸ ਨਾਲ ਗੱਲਬਾਤ ਕੀਤੀ ਗਈ। ਆਓ ਸੁਣਦੇ ਹਾਂ ਕਿ ਇਸ ਫੰਕਸ਼ਨ ਬਾਰੇ ਉਹਨਾਂ ਦਾ ਕੀ ਕਹਿਣਾ ਹੈ। ਫੰਕਸ਼ਨ ਬਹੁਤ ਵਧੀਆ ਫੰਕਸ਼ਨ ਲੱਗਿਆ ਸਾਨੂੰ। ਅਸੀਂ, ਮੇਰਾ ਬੇਟਾ ਪਹਿਲਾਂ ਇੱਥੇ ਪੜ੍ਹ ਕੇ ਗਿਆ ਗ੍ਰੀਨ ਵੈਲੀ ਸਕੂਲ 'ਚ, ਸਾਨੂੰ ਬਹੁਤ ਖੁਸ਼ੀ ਹੋਈ ਅੱਜ ਅਸੀਂ ਫੰਕਸ਼ਨ ਅਟੈਂਡ ਕੀਤਾ ਹੈ, ਅਤੇ ਜਤਿੰਦਰ ਸਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਅਸੀਂ ਅੱਜ ਇੱਥੇ ਆਏ ਹਾਂ, ਉਹਨਾਂ ਬਦੌਲਤ ਆਏ ਹਾਂ, ਫੰਕਸ਼ਨ ਵੇਖਣ ਆਏ ਹਾਂ, ਅਤੇ ਫੰਕਸ਼ਨ ਅਰੇਂਜਮੈਂਟ ਇੰਨਾ ਅੱਛਾ, ਬਹੁਤ ਅੱਛਾ ਅਰੇਂਜਮੈਂਟ ਹੈ। ਹਾਂਜੀ, ਅੱਜ ਜਦੋਂ ਆਪਾਂ ਗ੍ਰੀਨ ਵੈਲੀ ਕਾਨਵੈਂਟ ਸਕੂਲ 'ਚ ਆਏ ਹਾਂ, ਸਾਨੂੰ ਬਹੁਤ ਚੰਗਾ ਲੱਗ ਰਿਹਾ ਇੱਥੇ ਆ ਕੇ। ਮੈਂ ਖੁਦ ਪਾਰਟੀਸਪੇਟ ਕੀਤਾ ਆਪਣੇ ਬੱਚੇ ਦੇ ਨਾਲ, ਔਰ ਹੁਣੇ ਹੁਣੇ ਤੰਬੋਲਾ ਗੇਮ ਖੇਲ ਕੇ ਆਏ ਹਾਂ। ਅਸੀਂ ਬਹੁਤ ਲਾਈਕ ਕੀਤਾ ਇੱਥੇ, ਬਹੁਤ ਪਸੰਦ ਕੀਤਾ ਸਾਰਿਆਂ ਨੇ ਫੰਕਸ਼ਨ, ਔਰ ਬਹੁਤ ਹੀ ਅੱਛਾ ਲੱਗਿਆ ਸਾਰਿਆਂ ਨੂੰ। ਅੱਜ ਅਸੀਂ ਗ੍ਰੀਨ ਵੈਲੀ ਸਕੂਲ ਵਿੱਚ ਪਹੁੰਚੇ ਹੋਏ ਹਾਂ ਨਿਹਾਲ ਸਿੰਘ ਵਾਲਾ ਦੇ, ਅਤੇ ਸਕੂਲ ਦੇ ਚੇਅਰਮੈਨ ਸਰ ਔਰ ਸਟਾਫ ਵੱਲੋਂ ਸਪਰਿੰਗ ਫੀਡਸ ਪ੍ਰੋਗਰਾਮ ਕਰਵਾਇਆ ਗਿਆ ਹੈ। ਸਤਿ ਸ਼੍ਰੀ ਅਕਾਲ ਜੀ, ਅਸੀਂ ਗ੍ਰੀਨ ਵੈਲੀ ਸਕੂਲ ਵਿੱਚ ਪਹੁੰਚੇ ਹਾਂ। ਅਸੀਂ ਇੱਥੇ ਬਹੁਤ ਜ਼ਿਆਦਾ ਆਨੰਦ ਕੀਤਾ ਬੱਚਿਆਂ ਨੇ ਔਰ ਪੇਰੈਂਟਸ ਨੇ ਵੱਲੋਂ, ਅਸੀਂ ਬਹੁਤ ਜ਼ਿਆਦਾ ਵਧੀਆ, ਸਕੂਲ ਵੱਲੋਂ ਸਟਾਫ ਵੱਲੋਂ ਬਹੁਤ ਵਧੀਆ ਸਾਨੂੰ ਲੱਗਿਆ ਇਸ। ਇਸ ਮੌਕੇ ਤੇ ਜਿੱਥੇ ਸਕੂਲੀ ਬੱਚਿਆਂ ਵੱਲੋਂ ਆਪਣੀ ਕਲਾ ਪੇਸ਼ ਕੀਤੀ ਗਈ, ਉੱਥੇ ਹੀ ਮੈਜੀਸ਼ੀਅਨ ਵੱਲੋਂ ਮੈਜਿਕ ਸ਼ੋਅ ਵੀ ਪੇਸ਼ ਕੀਤਾ ਗਿਆ। ਹੁਣ ਗੱਲਬਾਤ ਕਰਦੇ ਹਾਂ ਸਕੂਲ ਦੇ ਪ੍ਰਿੰਸੀਪਲ ਮੈਡਮ ਇੰਦੂ ਅਰੋੜਾ ਜੀ ਨਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਇੰਦੂ ਅਰੋੜਾ ਪ੍ਰਿੰਸੀਪਲ ਗ੍ਰੀਨ ਵੈਲੀ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਤੋਂ ਗੱਲ ਕਰ ਰਹੀ ਹਾਂ। ਮੈਡਮ, ਜਿਹੜਾ ਅੱਜ ਫੰਕਸ਼ਨ ਕਰਵਾਇਆ ਗਿਆ, ਕਿਸ ਸੰਬੰਧ ਵਿੱਚ ਕਰਵਾਇਆ ਗਿਆ, ਕੀ ਐਕਟੀਵਿਟੀ ਸੀ? ਇਹ ਫੰਕਸ਼ਨ ਕਰਵਾਇਆ ਗਿਆ ਜੀ, ਇਹਦਾ ਨਾਮ ਅਸੀਂ ਰੱਖਿਆ ਹੈਗਾ ਸਪਰਿੰਗ ਫੇਟ ਕਮ ਫੈਮਿਲੀ ਕਾਰਨੀਵਲ। ਇਹ ਫੰਕਸ਼ਨ ਬੱਚਿਆਂ ਲਈ ਵੀ ਓਪਨ ਹੈ ਅਤੇ ਉਹਨਾਂ ਦੇ ਪੇਰੈਂਟਸ ਹੈ ਜਿਹੜੇ, ਉਹਨਾਂ ਲਈ ਵੀ ਓਪਨ ਹੈ।
ਓਪਨ ਇਨਵੀਟੇਸ਼ਨ ਇਹਦੇ ਲਈ ਦਿੱਤਾ ਗਿਆ ਸੀਗਾ। ਇਹਦੇ ਵਿੱਚ ਡਿਫਰੈਂਟ ਕੈਟੇਗਰੀਜ਼ ਅਸੀਂ ਰੱਖੀਆਂ ਹੈਗੀਆਂ ਐਕਟੀਵਿਟੀਜ਼ ਦੀਆਂ। ਇੱਕ ਤਾਂ ਸਾਡੇ ਬੱਚਿਆਂ ਦੀਆਂ ਪਰਫੋਰਮੈਂਸਿਸ ਹੈ ਕੁਛ, ਜਿਹਦੇ 'ਚ ਬੱਚੇ ਸਟੇਜ 'ਤੇ ਪਰਫੋਰਮ ਕਰਕੇ ਆਪਣੀ ਕਲਾ ਦਾ ਜੌਹਰ ਕਰ ਰਹੇ ਹੈ, ਅਤੇ ਇੱਕ ਅਸੀਂ ਔਨਲਾਈਨ ਅਤੇ ਔਨ ਸਟੇਜ ਦੋ ਤਰ੍ਹਾਂ ਦੇ ਕੰਟੈਸਟ ਰੱਖੇ ਸੀ। ਔਨਲਾਈਨ ਕੈਟੇਗਰੀ ਦੇ ਵਿੱਚ ਪੇਰੈਂਟਸ ਨੇ ਆਪਣੇ ਬੱਚੇ ਦੀਆਂ ਫੋਟੋਜ਼ ਪੋਸਟ ਕਰਨੀਆਂ ਸੀ ਸਾਡੇ ਫੇਸਬੁੱਕ ਦੇ ਪੇਜ 'ਤੇ, ਜਿਹਦਾ ਨਾਮ ਹੈ ਗ੍ਰੀਨ ਵੈਲੀ ਕੋਨਵੈਂਟ ਸੀਨੀਅਰ ਸੈਕੰਡਰੀ ਸਕੂਲ। ਉਹਨਾਂ ਨੇ ਬੈਸਟ ਫੈਮਿਲੀ ਫੋਟੋਗ੍ਰਾਫ ਜਾਂ ਫਿਰ ਬੈਸਟ ਫੋਟੋਜੈਨਿਕ ਬੇਬੀ, ਇਹ ਦੋ ਕੈਟੇਗਰੀਜ਼ ਦੇ ਵਿੱਚ ਆਪਣੀਆਂ ਫੋਟੋਜ਼ ਪੋਸਟ ਕਰਨੀਆਂ ਸੀ, ਜਿਹਦੇ ਵਿੱਚ ਕਿ ਸਾਨੂੰ ਬੜੀ ਖੁਸ਼ੀ ਹੈ ਵੀ ਪੇਰੈਂਟਸ ਦਾ ਬੜਾ ਹੁੰਮ ਹੁਮਾ ਕੇ ਰਿਸਪੋਂਸ ਆਇਆ, ਬੜਾ ਅੱਛਾ ਰਿਸਪੋਂਸ ਆਇਆ। ਉਹਦੇ ਵਿੱਚ ਅਸੀਂ ਮੈਕਸੀਮਮ ਨੰਬਰ ਆਫ ਲਾਈਕਸ, ਜਿਹੜੀ ਫੋਟੋ ਲਈ ਮੈਕਸੀਮਮ ਨੰਬਰ ਆਫ ਲਾਈਕਸ ਆਉਣੇ ਸੀ ਉਹਨੂੰ ਅਸੀਂ ਮਤਲਬ ਵਿਨਰ ਘੋਸ਼ਿਤ ਕਰਨਾ ਹੈਗਾ, ਜਿਹੜਾ ਕਿ ਰਿਜ਼ਲਟ ਆਲਮੋਸਟ ਰੈਡੀ ਹੈ ਅਤੇ ਥੋੜ੍ਹੀ ਦੇਰ ਦੇ ਵਿੱਚ ਇਹ ਦਿੱਤਾ ਜਾਏਗਾ। ਔਨ ਸਟੇਜ ਕੰਟੈਸਟ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਕੈਟੇਗਰੀਜ਼ ਸੀ, ਜਿਹਦੇ ਵਿੱਚ ਫੈਂਸੀ ਡਰੈਸ ਕੰਪੀਟੀਸ਼ਨ, ਮੀ ਐਂਡ ਮੋਮ ਕੰਪੀਟੀਸ਼ਨ, ਇਹ ਬਿਲਕੁਲ ਹੀ ਨਵੀਂ ਕੈਟੇਗਰੀ ਅਸੀਂ ਰੱਖੀ ਸੀ, ਜਿਹਦੇ ਵਿੱਚ ਕਿ ਬੱਚਿਆਂ ਨੇ ਆਪਣੀਆਂ ਮਾਵਾਂ ਦੇ ਨਾਲ ਸਟੇਜ 'ਤੇ ਪਰਫੋਰਮ ਕਰਨਾ ਸੀ, ਔਰ ਬੜੇ ਹੀ ਸੋਹਣੇ ਪਾਰਟੀਸੀਪੇਸ਼ਨਸ ਇਹਦੇ ਵਿੱਚ ਆਏ। ਬੱਚਿਆਂ ਨੇ ਆਪਣੇ ਮਦਰਸ ਦੇ ਨਾਲ ਪਰਫੋਰਮ ਕੀਤਾ ਸਟੇਜ 'ਤੇ, ਅਤੇ ਜਿਹੜੀ ਮਾਂ ਦੀ ਮਮਤਾ ਹੈ ਉਹਨੂੰ ਬੜੀ ਅੱਛੀ ਤਰ੍ਹਾਂ ਮਦਰਸ ਨੇ ਵੀ ਆਪਣੇ ਬੱਚਿਆਂ ਦੇ ਲਈ ਪ੍ਰਜੈਂਟ ਕੀਤਾ। ਇੱਕ ਅਸੀਂ ਕੈਟੇਗਰੀ ਰੱਖੀ ਸੀ ਸੁਪਰ ਕਿਡ, ਇਹ 2.5 ਸਾਲ ਤੋਂ 6 ਸਾਲ ਦੇ ਬੱਚਿਆਂ ਲਈ ਕੈਟੇਗਰੀ ਸੀ, ਜਿਹਦੇ ਵਿੱਚ ਕਿ ਬੱਚਿਆਂ ਦਾ ਟੈਲੈਂਟ, ਚੱਬੀ ਚੀਕਸ, ਸ਼ਾਈਨਿੰਗ ਟੀਥ, ਇੱਦਾਂ ਦੀਆਂ ਕੈਟੇਗਰੀਜ਼, ਸਪਾਰਕਲਿੰਗ ਆਈਜ਼, ਇੱਦਾਂ ਦੀਆਂ ਕੈਟੇਗਰੀਜ਼ ਅਸੀਂ ਰੱਖੀਆਂ ਸੀ, ਔਰ ਬੱਚਿਆਂ ਦਾ ਬੜਾ ਅੱਛਾ ਰਿਸਪੋਂਸ ਆਇਆ। ਇਸ ਤੋਂ ਬਿਨਾਂ ਔਨ ਸਟੇਜ ਕੰਟੈਸਟ ਦੇ ਵਿੱਚ ਇੱਕ ਅਸੀਂ ਰੱਖਿਆ ਸੀ ਸਪੈਸ਼ਲ ਟੈਲੈਂਟ। ਸਪੈਸ਼ਲ ਟੈਲੈਂਟ ਦੇ ਵਿੱਚ ਜੇ ਕੋਈ ਬੱਚਾ ਸਿੰਗਿੰਗ ਦੇ ਵਿੱਚ ਆਉਣਾ ਚਾਹੁੰਦਾ ਹੈ, ਜੇ ਕੋਈ ਬੱਚਾ ਡਾਂਸਿੰਗ ਦੇ ਵਿੱਚ ਆਉਣਾ ਚਾਹੁੰਦਾ ਹੈ, ਜੇ ਕੋਈ ਬੱਚਾ ਮਿਮਿਕਰੀ ਦੇ ਵਿੱਚ ਆਉਣਾ ਚਾਹੁੰਦਾ, ਅਲੱਗ ਅਲੱਗ ਕੈਟੇਗਰੀਜ਼ ਦੇ ਵਿੱਚ ਬੱਚਿਆਂ ਦੀਆਂ ਪਾਰਟੀਸੀਪੇਸ਼ਨਸ ਆਈਆਂ ਸੀ, ਔਰ ਬੜਾ ਸੋਹਣਾ ਬੱਚਿਆਂ ਨੇ ਪਰਫੋਰਮ ਕੀਤਾ। ਇਸ ਤੋਂ ਬਿਨਾਂ ਛੋਟੇ ਬੱਚਿਆਂ ਦੇ ਫਨ ਦੇ ਲਈ ਪਲੇਇੰਗ ਜ਼ੋਨ ਦਾ ਅਸੀਂ ਔਰਗਨਾਈਜੇਸ਼ਨ ਕੀਤਾ ਸੀ, ਜਿਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਜੰਪਰਸ, ਝੂਲੇ, ਸਵਿੰਗਸ, ਬਹੁਤ ਕੁਛ ਬੱਚਿਆਂ ਦੇ ਲਈ ਅਸੀਂ ਔਰਗਨਾਈਜ਼ ਕੀਤਾ, ਅਤੇ ਵੱਡੇ ਬੱਚਿਆਂ ਦੇ ਲਈ ਕਿਤੇ ਉਹ ਵੀ ਮਾਯੂਸ ਨਾ ਹੋਣ, ਉਹਨਾਂ ਲਈ ਵੀ ਕੁਛ ਹੋਣਾ ਚਾਹੀਦਾ। ਇਸ ਲਈ ਅਸੀਂ ਅਲੱਗ ਅਲੱਗ ਤਰ੍ਹਾਂ ਦੀਆਂ ਗੇਮਸ, ਸਪਿਨ ਦ ਵੀਲ, ਜਿਹਦੇ ਵਿੱਚ ਉਹਨਾਂ ਨੇ ਵੀਲ ਨੂੰ ਸਪਿਨ ਕਰਕੇ ਕਿਸੇ ਵੀ ਪ੍ਰਾਈਜ਼ ਨੂੰ ਉਹ ਜਿੱਤ ਸਕਦੇ ਸੀ, ਕੈਨ ਡਰੋਪ, ਟਾਰਗੇਟ ਗੇਮ, ਹੋਰ ਵੀ ਡਿਫਰੈਂਟ ਮੈਨੀ ਕਾਇੰਡ ਆਫ ਗੇਮਸ ਦੇ ਵਰ ਔਰਗਨਾਈਜ਼ਡ ਫੋਰ ਦਾ ਕਿਡਸ। ਇਸ ਤੋਂ ਬਿਨਾਂ ਪੇਰੈਂਟਸ ਦੇ ਲਈ, ਬੱਚਿਆਂ ਦੇ ਲਈ ਫੂਡ ਕੋਰਟ ਦਾ ਅਰੇਂਜਮੈਂਟ ਕੀਤਾ ਗਿਆ ਸੀ, ਪੇਰੈਂਟਸ ਵੱਲੋਂ ਵੀ ਬੜਾ ਚੰਗਾ ਹੁੰਗਾਰਾ ਮਿਲਿਆ ਅਤੇ ਪੇਰੈਂਟਸ ਇਸ ਨੂੰ ਬਹੁਤ ਖੁਸ਼ੀ ਨਾਲ ਇੰਜੋਏ ਕਰ ਰਹੇ ਨੇ। ਇਸ ਤੋਂ ਬਿਨਾਂ ਲੱਕੀ ਡਰੋਅ ਵੀ ਸਾਡੇ ਹੁਣ ਅਸੀਂ ਥੋੜ੍ਹੀ ਦੇਰ ਦੇ ਵਿੱਚ ਕੱਢਣ ਜਾ ਰਹੇ ਹਾਂ, ਜਿਹਦੇ ਵਿੱਚ ਅਸੀਂ 21 ਲੱਕੀ ਡਰੋਅ ਦੇ ਪ੍ਰਾਈਜ਼ ਦੇਵਾਂਗੇ। ਉਹਦੇ ਵਿੱਚ ਅਸੀਂ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੇ ਪ੍ਰਾਈਜ਼ ਹੈ ਉਹ ਪੇਰੈਂਟਸ ਨੂੰ ਦੇਣੇ ਹੈ, ਜਿਹਦੇ ਵਿੱਚ ਕਿ ਰੈਫਰੀਜਰੇਟਰ, LED, ਸਮਾਰਟਫੋਨ, ਕਈ ਤਰ੍ਹਾਂ ਦੇ ਕਰੋਕਰੀ ਸੈੱਟ ਅਤੇ ਕਈ ਤਰ੍ਹਾਂ ਦੇ ਬੱਚਿਆਂ ਦੇ ਲਈ ਟੋਇਜ਼, ਰਿਮੋਟ ਕਾਰਸ ਅਤੇ ਬਹੁਤ ਕੁਛ ਪੇਰੈਂਟਸ ਨੂੰ ਮਿਲਣ ਵਾਲਾ। ਪੇਰੈਂਟਸ ਇਸ ਨੂੰ ਲੈ ਕੇ ਵੀ ਬੜੇ ਖੁਸ਼ ਨੇ ਅਤੇ ਉਹ ਵੇਟ ਕਰ ਰਹੇ ਨੇ, ਹੁਣ ਲੱਕੀ ਡਰੋਅ ਥੋੜ੍ਹੀ ਦੇਰ ਦੇ ਵਿੱਚ ਨਿਕਲਣਗੇ ਅਤੇ ਇਹ ਸਾਰੇ ਪ੍ਰਾਈਜ਼ ਦੇਖੋ ਕਿਹੜੇ ਪੇਰੈਂਟਸ ਨੂੰ ਮਿਲਦੇ ਆ। ਮੇਰੇ ਵੱਲੋਂ ਦੁਬਾਰਾ ਸਾਰੇ ਆਏ ਪੇਰੈਂਟਸ ਦਾ, ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਮੌਕੇ 'ਤੇ ਲੱਕੀ ਡਰੋਅ ਕਰਦੇ ਹੋਏ ਜੇਤੂ ਮਹਿਮਾਨਾਂ ਨੂੰ ਪ੍ਰਾਈਜ਼ ਦਿੱਤੇ ਗਏ। ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਿੱਚ ਡਾਕਟਰ ਬਾਲ ਕ੍ਰਿਸ਼ਨ ਗਰਗ, ਜਤਿੰਦਰ ਗਰਗ, ਮੈਡਮ ਅਨੀਤਾ ਗਰਗ, ਪ੍ਰਿੰਸੀਪਲ ਮੈਡਮ ਇੰਦੂ ਅਰੋੜਾ, ਟਰਾਂਸਪੋਰਟ ਇੰਚਾਰਜ ਸੋਨੂ ਗਿੱਲ ਤੋਂ ਇਲਾਵਾ ਸਮੂਹ ਸਟਾਫ ਦਾ, ਬੱਚਿਆਂ ਦਾ, ਪੇਰੈਂਟਸ ਦਾ ਵਿਸ਼ੇਸ਼ ਸਹਿਯੋਗ ਰਿਹਾ। ਅੰਤ ਵਿੱਚ ਇਹ ਸਾਲਾਨਾ ਫੇਡ ਸਮਾਗਮ ਆਪਣੀਆਂ ਅਮਿਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ।